ਤੇ ਸੂਰਜ ਵੀ ਡੁੱਬਣ ਵਾਲਾ ਤਕਰੀਬਨ 5 ਦੇ ਨੇੜੇ ਟਾਈਮ ਹੋ ਗਿਆ ਤੇ ਉਹ ਬੱਚੇ ਵੀ ਦੋ ਫਿਰਦੇ ਨੇ ਮੈਦਾਨਾਂ 'ਚ ਇੱਥੋਂ ਤਾਂ ਨਹੀਂ ਨਜ਼ਰ ਆਉਂਦੇ ਕੈਮਰੇ 'ਚ ਤੇ ਗਿੱਦੜ ਦਾ ਆਖਿਆ ਗਿੱਦੜ ਖਾਨੇ ਅੱਜ ਜਾ ਕੇ ਡੇਰੇ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕਮ ਜੀ ਉਮੀਦ ਕਰਦੇ ਹਾਂ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਅੱਲਾਹ ਪਾਕ ਤੁਹਾਨੂੰ ਖੁਸ਼ ਅਤੇ ਆਬਾਦ ਰੱਖੇ ਇਸ ਦਿਨ ਸੁਣਾਉਣੇ ਰੱਖੇ ਇਸੇ ਦੁਆ ਦੇ ਨਾਲ ਅੱਜ ਦੀ ਵੀਡੀਓ ਕਰ ਰਹੇ ਹਾਂ ਜ਼ਰੂਰ ਜਿੰਨੇ ਦੋਸਤ ਸਾਡੇ ਚੈਨਲ 'ਤੇ ਅੱਜ ਪਹਿਲੀ ਦਫਾ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਵੀ ਕਰੋ ਦੋਸਤਾਂ ਨੂੰ ਵੀ ਸ਼ੇਅਰ ਕਰੋ ਪਿਆਰਾ ਜਿਹਾ ਕਮੈਂਟ ਜ਼ਰੂਰ ਕਰੋ ਅਤੇ ਲਾਈਕ ਵੀ ਬੜਾ ਹੀ ਜ਼ਰੂਰੀ ਹੈ ਇਹਦੇ ਵਿੱਚ ਹੀ ਫਾਇਦਾ ਅਤੇ ਬਾਕੀ ਵੀਡੀਓ ਤੁਸੀਂ ਸ਼ੁਰੂ ਤੋਂ ਲੈ ਕੇ ਆਖਰ ਤੱਕ ਪੂਰੀ ਦੀ ਪੂਰੀ ਦੇਖਿਆ ਕਰੋ ਅਤੇ ਉਸ ਨਾਲ ਅਫਜ਼ਾਈ ਫਿਰ ਹੁੰਦੀ ਹੈ ਫਿਰ ਵੀਡੀਓ ਬਣਾ ਕੇ ਅਪਲੋਡ ਕਰਨ 'ਤੇ ਦਿਲ ਪਿਆ ਕਰਦਾ ਅਤੇ ਬਾਕੀ ਅੱਜ ਵੀ ਇੱਕ ਸ਼ਾਦੀ ਦੇ ਪ੍ਰੋਗਰਾਮ 'ਤੇ ਜਾਣਾ ਦਬ ਅਤੇ ਫਲੀਮਾ 'ਤੇ ਜਾਣਾ ਮੈਰੀ ਗੋਲਡ 'ਤੇ ਬੈਕ ਨਾਲ ਅਤੇ ਥੋੜ੍ਹਾ ਜਿਹਾ ਅੱਗੇ ਅਤੇ ਜੇ ਵੀਡੀਓ ਉਹ ਵੀ ਬਣਾਈ ਅਤੇ ਉਹ ਵੀਡੀਓ ਆਖਿਆ ਅੱਜ ਦਾ ਉੱਥੇ ਬਲੌਗ ਤਿਆਰ ਕਰ ਦਿੰਦੇ ਹਾਂ ਹੋ ਸਕਦਾ ਬਣਾ ਲਈਏ ਵੀਡੀਓ ਅਤੇ ਬਾਕੀ ਹੈ ਤੁਸੀਂ ਚੈੱਕ ਕਰੋ ਮਾਸ਼ਾ ਅੱਲਾ ਤਕਰੀਬਨ ਅੰਦਰੋਂ ਮੁਕੰਮਲ ਬਸ ਥੱਲੇ ਫਰਸ਼ ਦਾ ਕੰਮ ਰਹਿ ਗਿਆ ਉਸ ਤੋਂ ਬਾਅਦ ਖਿੜਕੀ ਬਾਹਰ ਅੱਗੇ ਜਾਲ ਲੱਗੇਗਾ ਅਤੇ ਫਿਰ ਕੰਮ ਜਿਹੜਾ ਕੰਪਲੀਟ ਹੋ ਗਿਆ ਬਸ ਇਸ ਕੰਮ ਤੋਂ ਦੂਰ ਹੀ ਰਹਿੰਦੇ ਹਾਂ ਕੱਪੜੇ ਨਾ ਖਰਾਬ ਹੋ ਜਾਣ ਵਲੀਮੇ ਤੱਕ ਜਾਣਾ ਨਾ ਅਤੇ ਇਹ ਹਾਲ ਜੇ ਦੋਸਤੋ ਤੋਂ ਭਰਾਓ ਫੋਨ 'ਚ ਆਏ ਆ ਅੱਜ ਇਹ ਮਾਹੌਲ ਬੜਾ ਪਸੰਦ ਆਇਆ ਓਪਨ ਬਾਹਰ ਠੀਕ ਹੈ ਸਹੀ ਬਣੀ ਜੇ ਵੀਡੀਓ ਹੈਲੋ ਹਾਂ ਉਮਰ ਭਾਈ ਸੁਣ ਲੱਗੇ ਜੀ ਪੁੱਛਾ ਤੂੰ ਦੋਸਤ ਉਮਰ ਕਿੱਧਰ ਜਾ ਜੇ ਉਹ ਚਾਹ ਲੈਣ ਗਿਆ ਅੱਛਾ ਮੈਂ ਚੱਲੀ ਜਾਣਾ ਉਹਨੇ ਉਮਰ ਵਿਚਾਰ ਤੇ ਪੀ ਲਈ ਥੋੜ੍ਹੀ ਜਿਹੜੀ ਆ ਦੂਰ ਖਲਵਾਈਏ ਜੀ ਉਹਦੇ ਬਾਵਜੂਦ ਜਾ ਕੇ ਵੇਖਣੇ ਡੇਕੇ ਲੱਗੀ ਹੈ ਜਾਨੀ ਬਾਕੀ ਆ ਵੇਖ ਸਕਦੇ ਹੋ ਸਾਹਮਣੇ ਰਸ਼ ਕਾਫੀ ਹੈ ਆਓ ਫੀਲ ਵਾਲਾ ਗੱਡੀ ਕੱਢ ਲਈ ਹੈ ਇੱਥੋਂ ਦੀ ਬੜੀ
ਜਗ੍ਹਾ ਲੱਭੀ ਏ ਮਾੜੀ ਮੋਟੀ, ਇੱਥੋਂ ਪਾਰ ਨਾ ਨਿਕਲ ਜੀ। ਹਾਂ ਜੀ ਦੋਸਤੋ ਤੇ ਭਰਾਓ, ਕੁਝ ਦੋਸਤਾਂ ਨੇ ਤਾਂ ਪਹਿਚਾਣ ਲਈ ਵਿੱਚ ਕਿਹੜੀ ਜਗ੍ਹਾ। ਇਹ ਪਿੱਛੇ ਸੂਹੇ ਦੀ ਪੁਲੀ ਹੈ ਜਿਹੜੀ ਸੜਕ ਐਂਡਰਾ ਜੀ ਦਾ ਡਿੰਗਾ, ਅਤੇ ਇੱਥੇ ਗੱਡੀ ਧੋਣੇ ਵਾਸਤੇ ਦੇ ਦਿੱਤੀ ਹੈ ਵਾਪਸੀ 'ਤੇ, ਅਤੇ ਮੈਂ ਅਤੇ ਨਬੀਲ ਬਾਈ ਪੈਦਲ ਜਾ ਰਹੇ ਹਾਂ ਡੇਰੇ ਵਾਪਸ। ਅਤੇ ਬਾਕੀ ਇਹ ਦੱਸੋ ਵੀਡੀਓ ਤੁਹਾਨੂੰ ਕੈਸੀ ਲੱਗ ਰਹੀ ਹੈ ਅੱਜ ਦੀ, ਜਾਂ ਕੈਸੀ ਲੱਗੀ ਹੈ, ਅਤੇ ਤੁਹਾਨੂੰ ਇਹ ਥੋੜ੍ਹਾ ਜਿਹਾ ਵੀ ਮਾਹੌਲ ਵਿਖਾਉਂਦੇ ਹਾਂ ਮੰਜ਼ਰ। ਅਤੇ ਬਾਕੀ ਇਹ ਦੇਖੋ ਕੈਸੇ ਨਜ਼ਾਰੇ ਨੇ ਪਾਕਿਸਤਾਨ ਦੇ, ਇਹ ਬਾਈ ਹੋਰੀ ਪੱਠੇ ਲੈ ਕੇ ਆ ਰਹੇ ਨੇ, ਠੀਕ ਹੈ ਕਮਾਦ, ਅਤੇ ਚੱਕੀ ਚਕੀਰਾ ਵੀ ਤੁਹਾਨੂੰ ਨਜ਼ਰ ਆਇਆ ਹੋਣਾ। ਅਤੇ ਮੈਂ ਦੱਸਾਂ ਆਪਣੇ ਕੋਸ਼ਿਸ਼ ਕਰਨੀ ਇੱਕ ਵਾਰੀ ਵੇਖਦੇ ਹਾਂ, ਇਹ ਉੱਡ ਜਾਂਦਾ ਅਸਲ ਸਾਹਮਣੇ, ਇਹ ਚੁੱਕਦਾ ਇਹ ਗਿਆ ਜੇ, ਚਲੋ ਉਹਨੂੰ ਤੰਗ ਨਹੀਂ ਕਰਦੇ, ਉਹਦੇ ਪਿੱਛੇ ਪਿੱਛੇ ਕਹੀ ਜਾਣਾ। ਅਤੇ ਇਸ ਸਾਈਡ 'ਤੇ ਬਰਸਨ ਜੇ, ਠੀਕ ਹੈ, ਇਹ ਦਰੱਖਤਾਂ ਦੇ ਵਿੱਚੋਂ ਤੁਹਾਨੂੰ ਸੂਰਜ ਨਜ਼ਰ ਆ ਰਿਹਾ ਹੋਵੇ ਦਾ, ਅਤੇ ਇਹ ਕੁਝ ਦਿਨ ਪਹਿਲਾਂ ਬਾਰਿਸ਼ ਬੁਰਸ਼ ਹੋਈ ਹੈ, ਇਹ ਉਹਦੀ ਨਿਸ਼ਾਨੀ ਜੇ, ਆਖਰੀ ਹਿਸਾਬ ਹੀ ਲੈਂਦੀ ਹੈ ਨਿਸ਼ਾਨੀ, ਇੱਕ ਦੋ ਦਿਨਾਂ ਨੂੰ ਇਹ ਸੁੱਕ ਜੇ ਦਾ ਸਿਸਟਮ। ਹਾਂ ਠੰਡਾਂ ਵੀ ਹੁੰਦੀਆਂ ਇਹਨਾਂ ਨੂੰ, ਦੋ ਦਿਨ ਸ਼ਾਇਦ ਲੱਗ ਜਾਣ। ਅਤੇ ਬਾਕੀ ਆ ਦੇਖੋ ਨਾਲੇ ਆਖਿਆ ਵਾਕ ਹੋ ਜੇ ਇਹਦੀ, ਅਤੇ ਜੇ ਬਾਕੀ ਕੋਈ ਡੇਰੇ ਬੱਚੇ ਅੱਜ ਉੱਡਦੇ ਹੋਏ ਪਏ ਤਾਂ ਉਹਨਾਂ ਦੀ ਵੀਡੀਓ ਬਣਾਵਾਂਗੇ, ਅਤੇ ਤੁਸੀਂ ਵੀਡੀਓ ਦੇ ਨਾਲ ਹੀ ਰਵਿਆ ਕਰੋ। ਹਾਂ ਜੀ ਦੋਸਤੋ ਤਾਂ ਭਰਾਓ ਪੱਟੜੀ ਤੋਂ ਗੁਜ਼ਰੇ ਹਾਂ, ਅਤੇ ਵੇਲਣਾ ਨਜ਼ਰ ਆਇਆ ਡੇਰੇ ਲੱਗੇ ਆ ਪੂਰ ਢਲਣ ਨਾਲ ਆਇਆ, ਅਤੇ ਸੂਰਜ ਵੀ ਡੁੱਬਣ ਵਾਲਾ, ਤਕਰੀਬਨ 5 ਦੇ ਨੇੜੇ ਟਾਈਮ ਹੋ ਗਿਆ, ਅਤੇ ਉਹ ਬੱਚੇ ਵੀ ਦੋ ਫਿਰਦੇ ਨੇ ਮੈਦਾਨਾਂ 'ਚ, ਇੱਥੋਂ ਤਾਂ ਨਹੀਂ ਨਜ਼ਰ ਆਉਂਦੇ ਕੈਮਰੇ 'ਚ, ਅਤੇ ਗਿੱਦੜ ਦਾ ਆਖਿਆ ਗਿੱਦੜ ਖਾਂਦੇ ਅੱਜ ਜਾ ਕੇ ਡੇਰੇ, ਅਤੇ ਤਾਂ ਵਾਸਤੇ ਇੱਧਰ ਪਏ ਆਏ ਹਾਂ ਮੈਂ ਅਤੇ ਨਵੀਰ ਬਾਈ ਸਾਹਮਣੇ। ਹੈਲੋ ਫਰੈਂਡ, ਅਤੇ ਬੜਾ ਪਿਆਰਾ ਮੰਜ਼ਰ ਜੇ ਖੂਬਸੂਰਤ, ਚੈੱਕ ਕਰੋ। ਅਤੇ ਬੱਚਿਆਂ ਦੀ ਤਾਂ ਚਲੋ ਫਿਰ ਕਿਤੇ ਵੀਡੀਓ ਬਣਾ ਲਾਂਗੇ, ਜਾਂ ਕੀ ਪਤਾ ਵੀ ਜੇ ਫਿਰਦੇ ਰਹਿਣ ਇੱਥੇ ਹੀ ਸਾਡੇ ਜਾਣ ਤੱਕ ਨਾ ਬਹਿਣ, ਫਿਰ ਗਿੱਦੜ ਲਾ ਕੇ ਖਾਂਦੇ ਹਾਂ। ਪਾਕਿਸਤਾਨ ਦੋਸਤੋ ਤੇ ਭਰਾਓ ਇਹ ਗਿੱਦੜ ਲਵਾ ਲਿਆ ਇਹ ਗੰਨੇ ਦੇ ਉੱਤੇ ਨਾ, ਇਹ ਗਿੱਦੜ ਹੁਣ ਖਾਵਾਂਗੇ, ਚੈੱਕ ਕਰੋ ਠੀਕ ਹੈ। ਅਤੇ ਬਾਕੀ ਤੁਸੀਂ ਵੀ ਦੱਸੋ ਤੁਸੀਂ ਬਚਪਨ ਵਿੱਚ ਇਹ ਗਿੱਦੜ ਖਾਧੇ ਆ ਲਵਾ ਕੇ ਜਾਂਦੇ, ਦੋਸਤੋ ਤੇ ਭਰਾਓ ਲਾਈਟਾਂ ਬਾਲ ਰਹੀਆਂ ਨੇ, ਅਤੇ ਇੱਕ ਬੱਚਾ ਉਹ ਬਹਿੰਦਾ ਪਿਆ ਬਹਿ ਗਿਆ ਕੈਮਰੇ 'ਚ, ਤਾਂ ਨਜ਼ਰ ਨਹੀਂ ਆਇਆ ਹੋਣਾ ਇਸ ਸਾਈਡ 'ਤੇ ਬੈਠਾ, ਅਤੇ ਜੇ ਹੁਣ ਬੱਤੀਆਂ ਕੋਈ ਬੰਦ ਕਰ ਸਕੀਆਂ ਨੇ ਤਾਂ ਫਿਰ ਹੀ ਤਾਂ ਮਤਲਬ ਹੋਰ ਕੋਣੀ, ਯਾਨੀ ਕਿ ਬੱਤੀਆਂ ਬਲੀਆਂ ਹੋਈਆਂ ਜਿਹੜੀਆਂ ਉਸ ਡੇਰੀ ਹੁਣ ਪੈਦਲ ਆ ਰਹੇ ਹਾਂ ਇੱਧਰ, ਅਤੇ ਲਾਈਟਾਂ ਬਾਲਣ ਦਾ ਮਕਸਦ ਇਹ ਹੈ ਕਿ ਬੱਚੇ ਉੱਪਰ ਐ ਨੇ, ਪਰ ਇਹ ਕਿ ਇੱਕ ਹੁਣ ਬੈਠ ਗਿਆ, ਚਲੋ ਜਾ ਕੇ ਡੇਰੇ ਵੇਖਦੇ ਹਾਂ ਜੇ ਕੋ ਬੱਚਾ ਉੱਪਰ ਹੋਇਆ ਬਹਿਣੇ ਵਾਲਾ ਤਾਂ ਉਹਦੀ ਵੀਡੀਓ ਬਣਾਉਂਦੇ ਹਾਂ। ਉਹ ਇੱਧਰ ਨਹੀਂ ਗਿੱਦੜ, ਇੱਧਰ ਗਿੱਦੜ ਨੂੰ ਚੱਕ ਮਾਰ ਇੱਥੇ ਐਸੇ ਐਸੇ ਇੱਧਰ 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 ਅਤੇ ਉਹ ਡੇਰੇ ਜਾ ਕੇ ਪਤਾ ਲੱਗੇਗਾ
ਬੱਚੇ ਕੋਈ ਉੱਡਦੇ ਨੇ ਪਏ ਜਾਂ ਨਹੀਂ ਅਤੇ ਬਾਕੀ ਫਿਰ ਜੇ ਉੱਡਦੇ ਹੋਏ ਪਏ ਤਾਂ ਉਹ ਵੀਡੀਓ ਬਣਾ ਕੇ ਐਸੇ ਵੀਡੀਓ ਦੇ ਨਾਲ ਅੱਗੇ ਲਾ ਦਿਆਂਗੇ ਅਤੇ ਬਾਕੀ ਅਗਰ ਕੋਈ ਗਲਤੀ ਹੋਈ ਅੱਜ ਤਾਂ ਮਾਫ਼ ਕਰਿਓ ਇਸੇ ਦੁਆ ਦੇ ਨਾਲ ਕਿ ਅੱਲਾ ਪਾਕ ਤੁਹਾਨੂੰ ਖੁਸ਼ ਅਤੇ ਆਬਾਦ ਰੱਖੇ ਇਸ ਦਿਆਂ ਮੁਸਕਰਾਉਂਦਿਆਂ ਰੱਖੇ ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ ਜ਼ਿੰਦਗੀ ਲਈ ਅਤੇ ਅਗਲੀ ਵੀਡੀਓ 'ਚ ਫਿਰ ਮਿਲਾਂਗੇ ਉਸ ਵੇਲੇ ਤੱਕ ਰੱਬ ਰੱਖਾ ਅੱਲਾ ਹਾਫਿਜ਼ ਚੈਨਲ ਨੂੰ ਸਭ ਸਬਸਕ੍ਰਾਈਬ ਕਰੋ ਦੁਬਾਰਾ ਚੈਨਲ ਨੂੰ ਸਭ ਸਬਸਕ੍ਰਾਈਬ ਕਰੋ